ਦਰਸ਼ਕਾਂ ਨੂੰ ਮੇਰੇ ਵੱਲੋਂ ਸਤਿ ਸ੍ਰੀਕਾਲ ਦੀਵਾਲੀ ਤੋਂ ਦੂਸਰੇ ਦਿਨ ਵਿਸ਼ਵਕਰਮਾ ਦਿਵਸ ਮਨਾਇਆ ਜਾਂਦਾ ਹੈ ਜਦੋਂ ਵਿਦਵਾਨ ਲੋਕ ਇਸ ਸ਼ਬਦ ਦਾ ਅਰਥ ਕਰਦੇ ਨੇ ਵਿਸ਼ਵਕਰਮਾ ਤੇ ਕੁਝ ਵਿਦਵਾਨਾਂ ਦੀ ਇਹ رائے ਹੈ মত ਹੈ ਕਿ ਵਿਸ਼ਵ ਤੇ ਕਰਮਾ ਇਹ ਦੋ ਲਫ਼ਜ਼ ਜੋੜ ਕੇ ਬਣਿਆ ਹੈ ਵਿਸ਼ਵਕਰਮਾ ਵਿਸ਼ਵ ਦੁਨੀਆ ਸ੍ਰਿਸ਼ਟੀ ਬ੍ਰਹਿਮੰਡ ਕਰਮਾ ਜਿਹਨੇ ਨੂੰ ਹੋਂਦ ਵਿੱਚ ਲਿਆਂਦਾ ਯਾਨੀ ਸਿੱਧਾ ਮਤਲਬ ਇਹਦਾ ਕਿ ਪ੍ਰਭੂ ਪਰਮੇਸ਼ਰ ਕਾਲਪੁਰਖ ਜਿਸ ਨਾਮ ਨਾਲ ਵੀ ਆਪਾਂ ਉਹਨੂੰ ਰੱਬ ਯਾਦ ਕਰਦੇ ਹਾਂ ਰੱਬ ਹੀ ਕਹਿੰਦੇ ਆ ਉਸ ਨੇ ਸ੍ਰਿਸ਼ਟੀ ਦੀ ਰਚਨਾ ਕੀਤੀ ਤੇ ਉਹ ਹੈ ਵਿਸ਼ੂ ਕਰਮਾ ਇੱਕੋ ਹੁਕਮ ਨਾਲ ਇਹ ਸ੍ਰਿਸ਼ਟੀ ਵਜੂਦ ਵਿੱਚ ਆਈ ਤੇ ਬਹੁਤ ਸਾਰੇ ਵਿਦਵਾਨ ਜਿਹੜੇ ਨੇ ਵਿਦਵਾਨਾਂ ਦਾ ਜਿਹੜਾ ਵੱਡਾ ਹਿੱਸਾ ਹੈ ਜਾਂ ਜਿਹੜੇ ਕਿਰਤੀ ਲੋਕ ਨੇ ਸ਼ਿਲਪਕਾਰ ਲੋਕ ਨੇ ਹੱਥੀਂ ਕੰਮ ਕਰਨ ਵਾਲੇ ਲੋਕ ਨੇ ਦਸਤਕਾਰ ਲੋਕ ਨੇ ਹੁਨਰਮੰਦ ਲੋਕ ਨੇ ਉਹਨਾਂ ਦਾ ਇਹ ਪੱਕਾ ਵਿਚਾਰ ਹੈ ਉਹਨਾਂ ਦੀ ਅਗਾਧ বোধ ਸ਼ਰਧਾ ਹੈ ਉਹਨਾਂ ਦੀ ਕਨਸੈਪਸ਼ਨ ਹੈ ਧਾਰਨਾ ਹੈ ਕਿ ਨਹੀਂ ਵਿਸ਼ਵਕਰਮਾ ਪ੍ਰਭੂ ਪਰਮੇਸ਼ਰ ਵੱਲੋਂ ਭੇਜੇ ਹੋਏ ਇੱਕ ਮਹਾਨ ਦੇਵਤਾ ਹੋਏ ਨੇ ਇੱਕ ਬਹੁਤ ਵੱਡੇ ਮਹਾਪੁਰਖ ਹੋਏ ਨੇ ਜੇਨਾ ਨੇ ਡਿਗਨਿਟੀ ਆਫ ਲੇਬਰ ਨੂੰ ਕਿਰਤੀ ਮਹਾਨਤਾ ਨੂੰ ਉਜਾਗਰ ਕੀਤਾ ਤੇ ਦੁਨੀਆ ਦੇ ਪਹਿਲੇ ਸ਼ਿਲਪਕਾਰ ਉਹ ਹੋਏ ਨੇ ਜਿਨ੍ਹਾਂ ਨੇ ਬਹੁਤ ਸਾਰੀ ਰਚਨਾ ਕੀਤੀ ਹੈ ਜੋ ਅੱਜ ਆਪਾਂ ਵੇਖ ਰਹੇ ਆਂ ਜਿਹਨਾਂ ਚੀਜ਼ਾਂ ਦਾ ਆਪਾਂ ਆਨੰਦ ਮਾਣ ਰਹੇ ਆਂ ਇਹਨਾਂ ਦਾ ਨਿਰਮਾਣ ਵਿਸ਼ਵਕਰਮਾ ਜੀ ਦੇ ਮੁਬਾਰਕ ਹੱਥਾਂ ਨਾਲ ਹੋਇਆ ਇਸ ਕਰਕੇ ਉਹ ਆਪਣਾ ਉਹਨਾਂ ਨੂੰ ਗੁਰੂ ਮੰਨਦੇ ਨੇ ਆਪਣਾ ਇਸ਼ਟ ਮੰਦੇ ਨੇ ਇਸ਼ਟ ਦੇਵ ਹੁਣ ਥੋੜਾ ਜਿਹਾ ਇਤਿਹਾਸਿਕ ਹਵਾਲੇ ਦੇ ਕੇ ਇਹ ਗੱਲ ਵਿਚਾਰਦੇ ਹਾਂ ਵਿਸ਼ੂਕਰਮਾ ਜੀ ਦਾ ਜਨਮ ਕਿਵੇਂ ਹੋਇਆ ਤੇ ਕਿਵੇਂ ਅਗੋਂ ਉਹਨਾਂ ਨੇ ਇੱਕ ਜਿਹੜੀ ਪਰੰਪਰਾ ਸੀ ਕਿਰਤ ਦੀ ਜਾਂ ਸ਼ਿਲਪ ਕਲਾ ਦੀ ਇਹ ਗੇਤੋਰੀ اور ਇੱਕ ਬੜੀ ਮਹਾਨ ਦੇਣ ਦਿੱਤੀ ਪੁਰਾਤਨ ਜੋ ਇਤਿਹਾਸ ਤੇ ਇਤਿਹਾਸ ਦੋਹਾਂ ਦੇ ਹਵਾਲੇ ਮਿਲਦੇ ਨੇ ਉਦੇ ਮੁਤਾਬਕ ਅ ਵਿਸ਼ੂ ਕਰਮਾ ਦਾ ਜਿਹੜਾ ਜਨਮ ਹੈ ਪ੍ਰਕਾਸ਼ ਉਹਨਾਂ ਦਾ ਹੋਇਆ ਉਹ ਆਗਮ ਰਿਸ਼ੀ ਦੀ ਤੀ ਰਾਜਾ ਵਰਤਤ ਦੇ ਪੁੱਤਰ ਪ੍ਰਭਾਸ ਰਿਸ਼ੀ ਦੇ ਘਰ ਹੋਇਆ ਰਿਗਵੇਦ ਜਿਹੜਾ ਪ੍ਰਾਤਨ ਵੇਦ ਚਾਰ ਵੇਦਾਂ ਚੋਂ ਇੱਕ ਰਿਗਵੇਦ ਉਹਦੇ ਵਿੱਚ ਲਿਖਿਆ ਹੋਇਆ ਹੈ ਕਿ ਭਗਵਾਨ ਵਿਸ਼ੂ ਕਰਮਾ ਦੁਨੀਆ ਦੇ ਪਹਿਲੇ ਸ਼ਿਲਪਕਾਰ ਨੇ ਜਾਨੀ ਸ਼ਿਲਪ ਕਲਾ ਦੇ ਮੋਢੀ ਨੇ ਜਰਮਨੀ ਦਾ ਇੱਕ ਲੇਖਕ ਹੋਇਆ ਹੈ ਬਹੁਤ ਪ੍ਰਸਿੱਧ ਮੈਕ ਰੀਗਰ ਉਹਨੇ ਆਪਣੀ ਕਿਤਾਬ ਹਿਸਟਰੀ ਆਫ ਦ ਵਰਲਡ ਉਹਦੀ ਕਿਤਾਬ ਹੈ ਬੜੀ ਮਸ਼ਹੂਰ ਹੈ ਉਹਦੇ ਵਿੱਚ ਵੀ ਇਹੋ ਜ਼ਿਕਰ ਕੀਤਾ ਹੈ ਕਿ ਜਿਹੜੀ ਸ਼ਿਲਪ ਕਲਾ ਦੀ ਨੀਅ ਉਹ ਹਿੰਦੁਸਤਾਨ ਦੀ ਭਾਰਤ ਦੀ ਸਰਜ਼ਮੀ ਤੇ ਅਵਤਾਰ ਧਾਰਨ ਵਾਲੇ ਮਹਾਪੁਰਖ ਵਿਸ਼ੂ ਕਰਮਾ ਜੀ ਨੇ ਰੱਖੀ ਜਿਹੜਾ ਮਿਥਿਹਾਸ ਹੈ ਉਹ ਇਹ ਗੱਲ ਮੰਨਦਾ ਹੈ ਕਿ ਵਿਸ਼ੂ ਕਰਮਾ ਦੇ ਨੌ ਸਰੂਪ ਹੋਏ ਨੇ ਯਾਨੀ ਨੌ ਪ੍ਰਕਾਰ ਦੇ ਵਿਸ਼ੂ ਕਰਮਾ ਹੋਏ ਨੇ ਇੱਥੇ ਵੀ ਥੋੜੀ ਜੀ ਵਿਚਾਰਕ ਪਿੰਨਤਾ ਹੈ ਸੋ ਉਹਨਾਂ ਦੇ ਨਾਮ ਹੈ ਇੱਕ ਇੱਕ ਕਰਕੇ ਤੁਹਾਡੇ ਨਾਲ ਸਾਂਝੇ ਕਰਦਾ ਹਾਂ ਵੈਰਾਲਾ ਰੁਦਰਾ ਵਿਸ਼ੂ ਕਰਮਾ ਕਰਤ ਵਿਸ਼ੂ ਕਰਮਾ ਅਖੋਰ ਵਿਸ਼ੂ ਕਰਮਾ ਬ੍ਰਹਸਪਤ विशुकर्मा महातोबना विशुर्मकर्मा तत् विशुकर्मा सुदम्बा ए विशुकर्मा देवआखख रूप ने एक जेडे सन विशुकर्मा पंजाब चो एक उन दी सुपुत्री सी एक संजना बड़ी प्यारी सी बड़ी बहुत सुंदर सी जेवा अप्सरा हुंदी है ना इस तरह दा रंग रूप सी ते सूरज ओ ते मोहत हो गया ਸੂਰਜ ਦੇਵਤਾ ਕਿਉਂਕਿ ਹਿੰਦੂ ਮਿਥਿਆਸ ਸੰਸਾਰ ਸਾਰਿਆਂ ਨੂੰ ਦੇਵਤਾ ਸੂਰਜ ਚੰਦ ਇਹ ਜਿਹੜੇ ਇਤਿਆਦਿਕ ਜਿੰਨੇ ਨੇ ਇਹ ਦੇਵਤਾ ਬਣੇ ਜਾਂਦੇ ਨੇ ਤੇ ਉਹਦੇ ਕਹਿਣ ਤੇ ਤੇ ਅਸrar ਕਰਨ ਤੇ ਮੰਗ ਕਰਨ ਤੇ ਜਾਂ ਉਹਦੇ ਬਹੁਤ ਜ਼ੋਰ ਦੇਣ ਤੇ ਬੇਨਤੀ ਕਰਨ ਤੇ ਉਹਦਾ ਵਿਆਹ ਉਸਦੇ ਪਿਤਾ ਨੇ ਸੂਰਜ ਦੇਵਤਾ ਨਾਲ ਕਰ ਦਿੱਤਾ ਉਹਦੀ ਪਤਨੀ ਬਣ ਗਈ ਪਰ ਸੂਰਜ ਕਿਉਂਕਿ ਅਗ ਦਾ ਗੋਲ ਹੈ ਸਾਇੰਸਟਾਂ ਤੇ ਕਹਿੰਦੇ ਨੇ ਨਾ ਤਪਸ਼ ਬੜੀ ਉਹਦੀ ਸਾਰੀ ਰੌਸ਼ਨੀ ਜਿਹੜੀ ਦੁਨੀਆਂ 'ਚ ਹੁੰਦੀ ਹੈ ਤੇਜਲੀ ਰੌਸ਼ਨੀ ਉਹ ਸੂਰਜ ਦੇ ਕਰਕੇ ਹੁੰਦੀ ਹੈ ਸੂਰਜ ਦੀ ਰੌਸ਼ਨੀ ਉਹ ਸਾਰ ਨਾ ਸਕੀ ਤੋਨੇ ਆਪਣੇ ਪਿਤਾ ਇਹ ਪੰਜਾਬ ਵਿੱਚੋਂ ਇੱਕ ਵਿਸ਼ੂ ਕਰਮਾ ਜਿਹੜੇ ਸੀ ਆਪਣੇ ਪਿਤਾ ਨੂੰ ਬੇਨਤੀ ਕੀਤੀ ਕਿ ਮੇਰੇ ਕੋਲ ਆਪਣੇ ਪਤੀ ਦੀ ਗਰਮੀ ਨੇ ਸਹਾਰ ਹੁੰਦੀ ਇਹਦੀ ਗਰਮੀ ਥੋੜੀ ਜਿਹੀ ਘਟ ਕਰੋ ਤੇ ਕਿਹਾ ਜਾਂਦਾ ਕਿ ਉਹਨਾਂ ਨੇ 8ਵਾਂ ਹਿੱਸਾ ਸੂਰਜ ਦਾ ਆਪਣੇ ਇੱਕ ਹਥਿਆਰ ਨਾਲ ਤੇ ਆਪਣੀ ਜਿਹੜੀ ਸੀ ਆਤਮਕ ਸ਼ਕਤੀ ਉਹਦੇ ਨਾਲ ਛੇਲੇ ਦਿੱਤਾ ਉਹ ਛੇਲੇ ਦਿੱਤਾ ਤੇ ਉਹਦੀ ਗਰਮੀ ਦੇ ਹਜ਼ਾਰਾ ਕਹਿੰਦੇ ਕਾਫੀ ਘਟ ਗਈ ਤੇ ਨਹੀਂ ਤਾਂ ਸੰਸਾਰ ਵਿੱਚ ਅੱਜ ਤੱਕ ਕਈ ਕਹਿੰਦੇ ਨੇ ਜਿਹੜੇ ਇਤਿਹਾਸਕਾਰ ਤੇ ਇਤਿਹਾਸਕਾਰ ਨੇ ਗ੍ਰੰਥਾਂ ਦੇ ਹਵਾਲਿਆਂ ਦੇ ਅਨੁਸਾਰ ਅੱਜ ਤੱਕ ਸੰਸਾਰ ਦਾ ਸ਼ਾਇਦ ਕੁਝ ਹੋਰ ਹੀ ਬਣ ਚੁੱਕਾ ਹੁੰਦਾ ਗਰਮੀ ਜਿਹੜੀ ਘਟਿਆ ਕਾਬਲੇ ਬਰਦਾਸ਼ਤ ਹੈ ਇਹ ਉਸ ਅ ઋષਿ ਦੇ ਸੂਰਜ ਦੇ 8ਵੇਂ ਹਿੱਸੇ ਨੂੰ ਛਿੱਲਣ ਕਾਰਨ ਘਟ ਹੋ ਅੱਛਾ ਇਹ ਛੱਲਿਆ ਕਿਦਾਂ ਉਹਨਾਂ ਨੇ ਇੱਕ ਖਰਾਦ ਬਣਾਇਆ ਹੋਇਆ ਸੀ ਜਿਹੜਾ ਖਰਾਦ ਹੈ ਨਾ ਇਹ ਵੀ ਕਹਿੰਦੇ ਪਹਿਲੀ ਵਾਰੀ ਉਹਨਾਂ ਨੇ ਬਣਾਇਆ ਖਰਾਦ ਉਹਨਾਂ ਨੇ ਖਰਾਦ ਦੇ ਉੱਤੇ ਉਹਨੂੰ ਚਾੜਿਆ ਸੂਰਜ ਨੂੰ ਤੇ ਉਹ ਖਰਾਦ ਦੇ ਨਾਲ ਉਹਦਾ ਅੱਠਵਾਂ ਹਿੱਸਾ ਛਿਲਿਆ ਤੇ ਜਿਹੜਾ ਛਿਲਿਆ ਉਹਦੇ ਤੋਂ ਵੀ ਕਈ ਚੀਜ਼ਾਂ ਫਿਰ ਹੋਰ ਬਣਾਈਆਂ ਜਿਵੇਂ ਕਿ ਕਾਰਤਿਕੇ ਦੇ ਦੀ ਵਰਛੀ ਭਗਵਾਨ ਵਿਸ਼ਨੂੰ ਦਾ ਚੱਕਰ ਜਿਹੜਾ ਉਹ ਉਂਗਲ ਦੇ ਨਾਲ ਰਿਸਤਾ ਚਲਾਉਂਦੇ ਸਨ ਚੱਕਰ ਕਾਰਤਿਕੇ ਦੀ ਵਰਛੀ ਕਾਰਤਿਕੇ ਬਹੁਤ ਵੱਡਾ ઋષਿ ਹੋਇਆ ਸ਼ਿਵ ਜੀ ਜਿਹੜਾ ਤ੍ਰਿਸ਼ੂਲ ਹਰ ਕੇ ਹਰ ਵੇਲੇ ਹੱਥ ਵਿੱਚ ਫੜ ਕੇ ਰੱਖਦੇ ਸਨ ਆਪਾਂ ਆਮ ਜਿਹੜਾ ਸਰੂਪ ਉਹਨਾਂ ਦਾ ਆਉਂਦਾ ਨਾ ਢਮਰੂ ਹੱਥ ਚੋਂਦਾ ਗਾਜ ਸਰਪਾਂ ਦੀ ਮਾਰਾ ਹੁੰਦੀ ਸਪ ਉਹਨਾਂ ਦੇ ਜੋ ਸੰਗੀ ਸਾਥੀ ਸਨ ਵਿਭੂਤ ਮੜੀ ਹੋਈ ਹੁੰਦੀ ਹੈ ਤੇ ਤ੍ਰਿਸ਼ੂਲ ਹੁੰਦਾ ਤ੍ਰਿਸ਼ੂਲ ਜਿਹੜਾ ਉਹਨਾਂ ਦਾ ਉਹ ਵੀ ਭਗਵਾਨ ਵਿਸ਼ੂ ਕਰਮਾ ਨੇ ਫਿਰ ਹਰ ਮਨੁੱਖ ਦਾ ਜਾਂ ਖਾਸ ਕਰਕੇ ਔਰਤਾਂ ਦਾ ਇਹ ਇੱਕ ਹੁੰਦਾ ਜਜ਼ਬਾ ਲੋਚਾ ਹੁੰਦੀ ਹੈ ਕਿ ਉਹ ਸੁੰਦਰ ਲੱਗਣ ਸੁੰਦਰਤਾ ਦਾ ਆश्यक ਕੁਦਰਤ ਨੇ ਬਖਸ਼ੀ ਹੁੰਦੀ ਹੈ ਪਰ ਸੁੰਦਰਤਾ ਵਿੱਚ ਕੁਝ ਇਜ਼ਾਫਾ ਕੀਤਾ ਜਾਵੇ ਉਹ ਕਰਦੇ ਨੇ ਗਹਿਣੇ ਜਿਹੜੇ ਗਹਿਣੇ ਆ ਇਹ ਪਿੰਨ ਦਾ ਇਸਤਰੀ ਵਰਗ ਵਿੱਚ ਜਾਂ ਮਰਦ ਵੀ ਗਹਿਣੇ ਪਾਉਂਦਾਰੇ ਕੈਂਠੇ ਪਾਉਂਦੇ ਰਹੇ ਹੋਰ ਇਸ ਤਰ੍ਹਾਂ ਦੇ ਕੜਾ ਪਾਉਂਦੇ ਰਹੇ ਸੋਨੇ ਦਾ ਇਸ ਮੁੰਦੀ ਪਾਉਂਦੇ ਰਹਿਆ ਛੱਲਾ ਪਾਉਂਦੇ ਰਹੇ ਆ ਇਹ ਮਰਦਾਂ ਦੇ ਗਹਿਣੇ ਨੇ ਇਸਤਰੀਆਂ ਦੇ ਗਹਿਣੇ ਹੋਰ ਨੇ ਹਾਰ ਸ਼ਿੰਗਾਰ ਵਾਲੇ ਇਸਤਰੀਆਂ ਨੂੰ ਗਹਿਣਿਆਂ ਦਾ ਜ਼ਿਆਦਾ ਸ਼ੌਕ ਹੁੰਦਾ ਹੈ ਇਸਤਰੀ ਵਰਗ ਦੇ ਵਾਸਤੇ ਜਿਹੜਾ ਗਹਿਣਿਆਂ ਦਾ ਨਿਰਮਾਣ ਕੀਤਾ ਗਹਿਣੇ ਬਣਾਏ ਉਹ ਵੀ ਭਗਵਾਨ ਵਿਸ਼ੂ ਕਰਮਾ ਨੇ ਹੀ ਬਣਾਏ ਇਸ ਕਰਕੇ ਇਸਤਰੀ ਜਗਤ ਵੱਲੋਂ ਵੀ ਉਹਨਾਂ ਦੀ ਬੜੀ ਪੂਜਾ ਅਰਚਨਾ ਕੀਤੀ ਜਾਂਦੀ ਹੈ ਔਰ ਉਹਨਾਂ ਦੀ ਦੇਣ ਨੂੰ ਨਤਮਸਕ ਹੋਇਆ ਜਾਂਦਾ ਹੈ ਇਸ ਦਿਹਾੜੇ ਉੱਤੇ ਵਿਸ਼ਨੂੰ ਜਿਹਦਾ ਇੱਕ ਨਾਮ ਹੈ ਜਗਨਨਾਥ ਇਹਨਾਂ ਦੀ ਇੱਕ ਖਾਸ ਕਿਸਮ ਦੀ ਮੂਰਤੀ ਬਣੀ ਹੋਈ ਹੈ ਇੱਕ ਮੰਦਿਰ ਵੀ ਸਥਾਪਿਤ ਹੈ ਉਹ ਉਹ ਮੂਰਤੀ ਵੀ ਜਿਹੜੀ ਆ ਉਹ ਵੀ ਭਗਵਾਨ ਵਿਸ਼ੂ ਕਰਮਾ ਨੇ ਹੀ ਬਣਾਈ ਹੈ ਇਹ ਵੀ ਉਹਨਾਂ ਦੀ ਦੇਣ ਮੰਨੀ ਜਾਂਦੀ ਹੈ Hindu ਮਿਥਿਆਸਿਕ ਤੇ ਇਤਿਹਾਸਿਕ ਹਵਾਲਿਆਂ ਦੇ ਮੁਤਾਬਕ ਇਹ ਜਿਹੜੀ ਮੂਰਤੀ ਹੈ ਨਾ ਭਗਵਾਨ ਵਿਸ਼ਨੂ ਦੀ ਜਿਹੜੀ ਕਹਿੰਦੇ ਨੇ ਭਗਵਾਨ ਵਿਸ਼ੁਕਰਮਾ ਨੇ ਬਣਾਈ ਹੈ ਮਹਾਰਿਸ਼ੀ ਵਿਸ਼ੁਕਰਮਾ ਨੇ ਬਣਾਈ ਹੈ ਇਹ ਉੜੀਸਾ ਵਿੱਚ ਸਥਾਪਿਤ ਹੈ ਮੰਦਿਰ ਮੰਦਿਰ ਦੇ ਵਿੱਚ ਉਸ ਮੰਦਿਰ ਦੀ ਬਹੁਤ ਪੂਜੀ ਪੂਜਾ ਹੁੰਦੀ ਹੈ ਤੇ ਉਸ ਦੇ ਦਰਸ਼ਨ ਕਰਨ ਲਈ ਸਾਰੇ ਸਮੁੱਚੇ ਭਾਰਤ ਤੋਂ ਕ੍ਰਿਸ਼ੇਰਦਾਨੂ ਉਥੇ ਭਗਵਾਨ ਵਿਸ਼ਵਕਰਮਾ ਦੀ ਜਿਹੜੀ ਸਭ ਤੋਂ ਵੱਡੀ ਦੇਣ ਹੈ ਵਿਲਖਣ ਦੇਣ ਹੈ ਔਰ ਸਤਕਾਰ ਕਰਨ ਯੋਗ ਦੇਣ ਹੈ ਉਹ ਹੈ ਕਿ ਉਹਨਾਂ ਨੇ ਮਨੁੱਖਤਾ ਨੂੰ ਕਿਰਤ ਕਰਨ ਦਾ ਹੱਥੀ ਕੰਮ ਕਰਨ ਦਾ ਸੰਦੇਸ਼ ਦਿੱਤਾ ਐਡੇ ਵੱਡੇ ऋषि ਹੋ ਕੇ ਉਹਨਾਂ ਨੇ ਆਪ ਖਰਾਦ ਤੇ ਆ ਚੀਜ਼ਾਂ ਬਣਾਈਆਂ ਜਿਹੜੀਆਂ ਮੈਂ ਦੱਸੀਆਂ ਰਿਸ਼ਤੀ ਬਣਾਈ ਗਹਿਣੇ ਬਣਾਏ ਹਥਿਆਰ ਬਣਾਏ ਪਈਏ ਦੀ ਘਾੜ ਜਿਹੜੀ ਹੈ ਜਿਹੜਾ ਪੱਈਆ ਨਾ ਰਸਤਾ ਪੱਈਆ ਇਹ ਆਵਾਜਾਈ ਦਾ ਕੋਈ ਸਾਧਨ ਨਹੀਂ ਸੀ ਪਹਿਲਾਂ ਲੋਕ ਤੁਰ ਕੇ ਜਾਂਦੇ ਹੁੰਦੇ ਸਨ ਇਹ ਕਿਸ਼ਤੀ ਜਿਹੜੀ ਬਣਾਈ ਆ ਨਾ ਇਹਦੇ ਨਾਲ ਸੁਗولت ਹੋਈ ਪਰ ਹੋਰ ਸਾਧਨ ਕੋਈ ਨਹੀਂ ਸੀ ਦੇਖੋ ਕਿੱਡੀ ਵੱਡੀ ਉਹਨਾਂ ਦੀ ਦੇਣ ਹੈ ਉਹਨਾਂ ਦੇ ਮਨ ਵਿੱਚ ਆਇਆ ਕਿ ਮਨੁੱਖ ਪੈਦਲ ਹੀ ਜਾਂਦਾ ਹੈ ਇਸ ਲਈ ਕੋਈ ਕੀਤਾ ਜਾਵੇ ਤੇ ਉਹਨਾਂ ਨੇ ਫਿਰ ਜਿਹੜਾ ਰੱਥ ਬਣਾਇਆ ਰੱਥ ਦੇ ਦੋ ਪੱਈਏ ਬਣਾਏ ਤੇ ਉਸ ਦੇ ਨਾਲ ਫਿਰ ਰੱਥ ਦੇ ਅੱਗੇ ਫਿਰ ਜਿਹੜਾ ਘੋੜਾ ਜੋੜ ਕੇ ਜਾਂ ਘੋੜੇ ਜੋੜ ਕੇ ਜਿਸ ਤਰ੍ਹਾਂ ਰੱਥ ਹੁੰਦਾ ਸੀ ਕਿ ਇੱਕ ਘੋੜੇ ਨਾਲ ਚੱਲਦੇ ਨੇ ਕਈ ਦੋ ਨਾਲ ਚੱਲਦੇ ਨੇ ਕਈ ਤਿੰਨ ਨਾਲ ਚੱਲਦੇ ਨੇ ਉਹ ਜਿਹੜਾ ਰੱਥ ਤੇ ਪਹੀਆਂ ਦਾ ਨਿਰਮਾਣ ਜਿਹੜਾ ਸਭ ਤੋਂ ਪਹਿਲਾਂ ਪਹੀਆ ਹੋਊਗਾ ਤਾਂ ਫਿਰ ਉਹਦੇ ਤੇ ਬੈਲੈਂਸ ਹੋਊਗਾ ਨਾ ਉਹ ਵੀ ਪਗਾਨ ਵਿਸ਼ੂ ਕਰਵਾਉਣੇ ਬਣਾਇਆ ਇੱਕ ਬਹੁਤ ਵੱਡੀ ਦੇਣ ਹੈ ਇੱਥੋਂ ਹੀ ਫਿਰ ਸੰਸਾਰ ਵਿੱਚ ਟਰਾਂਸਪੋਰਟ ਦਾ ਜਿਹੜਾ ਆਵਾਜਾਈ ਦਾ ਸਾਧਨ ਬਣਿਆ ਹੋਰ ਵਾਹਨ ਬਣੇ ਔਰ ਮਨੁਖਲੀ ਇੱਕ ਜਗ੍ਹਾ ਤੋਂ ਦੁਰੇਡੀਆਂ ਜਾਵਾ ਥਾਵਾਂ ਤੇ ਜਾਣ ਦਾ ਜਿਹੜਾ ਕੰਮ ਸੀ ਔਰ ਸੁਖਾੜਾ ਤੇ ਆਸਾਨ ਹੋ ਗਿਆ ਇਹ ਬਹੁਤ ਵੱਡੀ ਦੇਣ ਇਨਸਾਨ ਦੀ ਜਿਹੜੀ ਤਿੰਨ ਮੁਖ ਲੋੜਾਂ ਨੇ ਗੁੱਲੀ ਗੁੱਲੀ ਤੇ ਜੁੱਲੀ ਗੁੱਲੀ ਰਹਿਣ ਲਈ ਥਾਂ ਭਵਨ ਨਿਰਮਾਣ ਕਲਾ ਬਣਾਈ ਨਾ ਉਹਨਾਂ ਨੇ ਕਲਾ ਦਾ ਨਿਰਮਾਣ ਕੀਤਾ ਭਵਨ ਕਲਾ ਜਿਹੜੇ ਮਕਾਨ ਬਣੇ ਨੇ ਜੋ ਪਹਿਲਾਂ ਕੁੱਲੀਆਂ ਬਣੀਆਂ ਫਿਰ ਮਕਾਨ ਬਣੇ ਫਿਰ ਛਪਰੀਆਂ ਬਣੀਆਂ ਫਿਰ ਮਕਾਨ ਬਣੇ ਡਿਵੈਲਪ ਹੁੰਦੇ ਹੁੰਦੇ ਹੁਣ ਕਿਥੋ ਗੱਲ ਪਹੁੰਚ ਗਈ ਇਹਦੇ ਮੋਢੀ ਵੀ ਭਗਵਾਨ ਵਿਸ਼ੂ ਕਰਮਾਈ ਨੇ ਮਹਾਰਿਸ਼ੀ ਵਿਸ਼ੂ ਕਰਮਾ ਨੇ ਉਹਨਾਂ ਨੂੰ ਭਵਨ ਨਿਰਮਣ ਕਲਾ ਦਾ ਕੁੱਲੀ ਫਿਰ ਗੁੱਲੀ ਗੁੱਲੀ ਦਾ ਮਤਲਬ ਪ੍ਰਸ਼ਾਦਾ ਖਾਣ ਲਈ ਖਾਣ ਵਾਲੇ ਪਦਾਰਥ ਰੋਟੀ ਤੇ ਜੁੱਲੀ ਉਪਰ ਲੈਣ ਲਈ ਕੱਪੜੇ ਇਹ ਵੀ ਦੇਣ ਜਿਹੜੀ ਹੈ ਇਹ ਭਗਵਾਨ ਵਿਸ਼ਵਕਰਮਾ ਨੇ ਕਿਹਾ ਕਿ ਇਸ ਤਰ੍ਹਾਂ ਇਹ ਚੀਜ਼ਾਂ ਮੈਂ ਬਣਾ ਕੇ ਤੁਹਾਨੂੰ ਦੇ ਦਿੱਤੀਆਂ ਨੇ ਇਹਨਾਂ ਦਾ ਇਸਤੇਮਾਲ ਕਰੋ ਔਰ ਚੰਗੇ ਢੰਗ ਨਾਲ ਕਰੋ ਤੇ ਰਹਿੰਦੀ ਦੁਨੀਆ ਤੱਕ ਜੀਵਨ ਜਾਤ ਜਿਹੜੀ ਆ ਉਹ ਉਹਨਾਂ ਨੇ ਦੇ ਕੇ ਦੱਸ ਕੇ ਰਸਤਾ ਮਾਰਗਦਰਸ਼ਨ ਕਰਕੇ ਮਨੁੱਖੀ ਜੀਵਨ ਨੂੰ ਸੁਖਾਲਾ ਬਣਾ ਦਿੱਤਾ ਮੈਂ ਪਹਿਲਾਂ ਹੀ ਜ਼ਿਕਰ ਕਰ ਚੁੱਕਾ ਕਿ ਭਗਵਾਨ ਵਿਸ਼ਵਕਰਮਾ ਨੂੰ ਸ਼ਿਲਪ ਕਲਾ ਦਾ ਸਕਲਪਚਰ ਦਾ ਆਠ ਦਾ ਹੁਨਰ ਦਾ ਮੋਢੀ ਮੰਨਿਆ ਜਾਂਦਾ ਉਹਨਾਂ ਨੇ ਮਨੁੱਖ ਨੂੰ ਜਿਹੜਾ ਇਹ ਇੱਕ ਚੰਗਾ ਜੀਵਨ ਜੂਣ ਦਾ ਜਿਹੜਾ ਅਸਰ ਦਿਖਾਇਆ ਤੇ ਹਥਿਆਰਾਂ ਦੀ ਜਿਹੜੀ ਰਚਨਾ ਕੀਤੀ ਨਾ ਉਹਨਾਂ ਨੇ ਜਿੰਨੇ ਪ੍ਰਕਾਰ ਦੇ ਵੀ ਹਥਿਆਰ ਨੇ ਸਵੈ ਰੱਖਿਆ ਲਈ ਇਹ ਨਹੀਂ ਵੀ ਕਿਸੇ ਤੇ ਹਮਲਾ ਹੀ ਕਰਨਾ ਸਭ ਤੋਂ ਵੱਧ ਹਥਿਆਰਾਂ ਦੀ ਅਹਿਮੀਅਤ ਇਸ ਕਰਕੇ ਮੰਨੀ ਜਾਂਦੀ ਹੈ ਸਾਰੀ ਦੁਨੀਆ ਵਿੱਚ ਇਹ ਜਿਹੜੇ ਸਿਆਣੀ ਨੇ ਦਾਨਸ਼ਵਰ ਨੇ ਵਿਦਵਾਨ ਨੇ ਤਸਲੀਮ ਕਰਦੀ ਨੇ ਕਿ ਹਥਿਆਰ ਆਪਣੀ ਸਵੈ ਰੱਖਿਆ ਲਈ ਨੇ ਜੇ ਤੁਹਾਡੇ ਤੇ ਕੋਈ ਐਵੇਂ ਆ ਕੇ ਧੜ ਸਵਾਰ ਹੋ ਜਾਏ ਤੁਹਾਨੂੰ ਡਰਾਉਣ ਤੋਂ ਮਕਾਉਣ ਲੱਗੇ ਤੇ ਆਪਣਾ ਤੁਸੀਂ ਰੱਖਿਆ ਦਾ ਸਾਧਨ ਸਮਕਿ ਉਹਨਾਂ ਦਾ ਇਸਤੇਮਾਲ ਕਰ ਸਕੋ ਇਹ ਜਿਹੜਾ ਨਿਰਮਾਣ ਹਥਿਆਰਾਂ ਦਾ ਇਹ ਵੀ ਕਿਹਾ ਜਾਂਦਾ ਹੈ ਮੰਨਿਆ ਜਾਂਦਾ ਹੈ ਪੁਰਾਣਾ ਦੇ ਮੁਤਾਬਕ ਵਿਦਿਕ ਵੇਦ ਦੇ ਮੁਤਾਬਕ ਹੋਰ ਜਿਹੜੀਆਂ ਸਿਮਰਤੀਆਂ ਨੇ ਉਹਨਾਂ ਦੇ ਮੁਤਾਬਕ ਜ਼ਿਕਰ ਸਾਰਿਆਂ ਚ ਆਉਂਦਾ ਹੈ ਭਗਵਾਨ ਵਿਸ਼ੂ ਕਰਮਾ ਦਾ ਕਿ ਉਹਨਾਂ ਨੇ ਹਥਿਆਰ ਬਣਾਏ ਤੇ ਮਨੁੱਖ ਨੂੰ ਸਵੈ ਮਾਨ ਨਾਲ ਅਣਖ ਨਾਲ ਜੀਣ ਦਾ ਇੱਕ ਸਾਧਨ ਦਿੱਤਾ ਕਿ ਤੁਸੀਂ ਇਹਨਾਂ ਦੇ ਨਾਲ ਆਪਣੇ ਸਵੈ ਮਾਨ ਦੀ ਰੱਖਿਆ ਕਰਦੇ ਹੋਏ ਆਪਣਾ ਸਿਰ ਉੱਚਾ ਕਰਕੇ ਜੀ ਸਕਦੇ ਹੋ ਆਪਣੇ ਜਿਹੜੇ ਦੁਸ਼ਮਣ ਤਾਂ ਨਹੀਂ ਕੋਈ ਵੀ ਕਿਸੇ ਦਾ ਦੁਨੀਆ 'ਚ ਹੋਣਾ ਚਾਹੀਦਾ ਜਿਹੜਾ ਜ਼ਬਰ ਤੁਹਾਡੇ ਤੇ ਚੜ ਕੇ ਆਇਆ ਜਾਂ ਬਦੋਬਦੀ ਦੁਸ਼ਮਣੀ ਸਿਹੇੜ ਕੇ ਤੁਹਾਡਾ ਨੁਕਸਾਨ ਕਰਨਾ ਚਾਹੁੰਦਾ ਉਹਦੇ ਤੋਂ ਆਪਣੀ ਰੱਖਿਆ ਕਰ ਸਕੋ ਇਹ ਬੜੀ ਵੱਡੀ ਦੇਣ ਆ ਉਹਨਾਂ ਦੀ ਇਸ ਤਰ੍ਹਾਂ ਅਸੀਂ ਦੇਖਦੇ ਹਾਂ ਕਿ ਉਹਨਾਂ ਦੀ ਜਿਹੜੀ ਦੇਣ ਹੈ ਉਹ ਬਹੁਪੱਖੀ ਹੈ ਕਿ ਕਿੱਥੇ ਉਹਨਾਂ ਨੇ ਆਵਾਜਾਈ ਦੇ ਸਾਧਨ ਪੈਦਾ ਕੀਤੇ ਉਹਨਾਂ ਨੇ ਸੋਨੇ ਦੀ ਲੰਕਾ ਬਣਾਈ ਉਹਨਾਂ ਨੇ ਸਵੈਰਖੈਲੀ ਹਥਿਆਰਾਂ ਦਾ ਨਿਰਮਾਣ ਕੀਤਾ ਉਹਨਾਂ ਨੇ ਮਨੁੱਖ ਨੂੰ ਆਪਣੀਆਂ ਜ਼ਰੂਰਤਾਂ ਪੂਰੀਆਂ ਕਰਨ ਲਈ ਕਿਰਤ ਕਰਨ ਦਾ ਸੰਕਲਪ ਦਿੱਤਾ ਸਭ ਤੋਂ ਵੱਡਾ ਤਾਂ ਮੈਂ ਇਹ ਉਹਨਾਂ ਦਾ ਜਿਹੜਾ ਅਹਿਸਾਨ ਮੰਨਦਾ ਹਾਂ ਉਹਨਾਂ ਦੀ ਕਿਰਪਾ ਦ੍ਰਿਸ਼ਟੀ ਮੰਨਦਾ ਹਾਂ ਉਹਨਾਂ ਦੀ ਦੇਣ ਮੰਨਦਾ ਕੰਟਰੀਬਿਊਸ਼ਨ ਹੈ ਕਿ ਉਹਨਾਂ ਨੇ ਮਨੁੱਖ ਨੂੰ ਜਿਹੜਾ ਫਿਰ ਅੱਗੋਂ ਜਾ ਕੇ ਸ੍ਰੀ ਗੁਰੂ ਨਾਨਕ ਦੇਵ ਜੀ ਨੇ ਕਿਹਾ ਕਾਲ ਖਾਹੇ ਕਿਛ ਹੱਥੋਂ ਦੇ ਨਾਨਕ ਰਾਹ ਪਛਾਣੇ ਸੀ ਰੱਬ ਦੇ ਰਾਹ ਤੇ ਉਹੀ ਚੱਲ ਸਕਦਾ ਹੈ ਜਿਹੜਾ ਕਾਲ ਕਰਦਾ ਹੈ ਕਾਲ ਦਾ ਮਤਲਬ ਕਾਲ ਕਮਾਈ ਕਰਦਾ ਕਿਰਤ ਕਰਦਾ ਐਵੇਂ ਵਿਹਲਾ ਨਹੀਂ ਬਿਠਾ ਆਪਣੇ ਹੱਥੀਂ ਕਿਰਤ ਕਰਦਾ ਕਾਲ ਕਾਇਕਿਛ ਹੱਥੋਂ ਦੇ ਫਿਰ ਕਿਸੇ ਲੋੜਵੰਦੀ ਮਦਦ ਕਰਦਾ ਤੇ ਨਾਨਕ ਰਾਹ ਪਛਾਣੇ ਸੀ ਉਹੀ ਫਿਰ ਰੱਬ ਦੀ ਸੋਝੀ ਪ੍ਰਾਪਤ ਕਰਦਾ ਹੈ ਰੱਬ ਦੀ ਮਿਹਰ ਉਹਦੇ ਤੇ ਹੀ ਹੁੰਦੀ ਹੈ ਇਸ ਤਰ੍ਹਾਂ ਭਗਵਾਨ ਵਿਸ਼ੂ ਕਰਮਾ ਜੀ ਦਾ ਜਿਹੜਾ ਦਿਨ ਹੈ ਉਹ ਸਾਰੇ ਜਿਹੜੇ ਸ਼ਿਲਪਕਾਰ ਨੇ ਉਹ ਮਨਾਉਂਦੇ ਨੇ ਦੀਵਾਲੀ ਤੋਂ ਦੂਸਰੇ ਦਿਨ ਮੈਂ ਖਾਸ ਕਰ ਦੱਸਿਆ ਕਿਸ ਤਰ੍ਹਾਂ ਮਨਾਉਂਦੇ ਨੇ ਉਹ ਕਰਦੇ ਨੇ ਛੁੱਟੀ ਉਹ ਦਿਨ ਕੋਈ ਦੁਕਾਨ ਜਿਹੜੀ ਹੈ ਜਿਹੜੇ ਹੱਥੀ ਕੰਮ ਕਰਨ ਵਾਲੇ ਸ਼ਿਲਪਕਾਰ ਨੇ ਉਹ ਉਸ ਦਿਨ ਖੁੱਲੀ ਨਹੀਂ ਹੁੰਦੀ ਉਹ ਸਵੇਰੇ ਸਵੇਰੇ ਹੁਣ ਤਾਂ ਵਿਸ਼ੂ ਕਰਮਾ ਦੇ ਬਹੁਤ ਸਾਰੇ ਮੰਦਰ ਬਣ ਗਏ ਆ ਭਾਰਤ ਵਿੱਚ ਵਜੀਸ਼ਾ ਚ ਜਿੱਥੇ ਤੇ ਭਾਰਤੀ ਪਾਈਚਾਰਾ ਹੈ ਔਰ ਸਤਕਿਆਂ ਨਾਲ ਸੰਬੰਧਤ ਹੈ ਉਹਨਾਂ ਨੇ ਵਿਸ਼ੂ ਕਰਮ ਮੰਦਰ ਜਾਂ ਗੁਰਦੁਆਰਾ ਸਹਿਬਾਨ ਬਣਾਏ ਹੋਏ ਨੇ ਉਹ ਉਹਨਾਂ ਦੀ ਪੂਜਾ ਕਰਦੇ ਆ ਉਹਨਾਂ ਵਿੱਚ ਹਿੰਦੂ ਸਿੱਖ ਜੈਨੀ ਇਹਨ ਇੱਕ ਮੈਂ ਇੱਕ ਗੱਲ ਕਰ ਦਿਆਂ ਕਿ ਜਿਹੜਾ ਮੁਸਲਮਨ ਤਬਕਾ ਜਾਂ ਹੋਰ ਜਿਹੜੇ ਤਬਕੇ ਨੇ ਉਹਨਾਂ ਵਿੱਚ ਨਹੀਂ ਮੰਨਤਾ ਮੰਨਤਾ ਜਿਹੜੇ ਸਿੱਖ ਸਮਾਜ ਹਿੰਦੂ ਸਮਾਜ ਤੇ ਜਿਹੜਾ ਜਿਹੜੇ ਜਿਹੜੇ ਇਹ ਭਾਰਤੀ ਸਮਾਜ ਦਾ ਇੱਕ ਪਹਿਲਾ ਜਿਹੜਾ ਦੱਸਿਆ ਜਾਂਦਾ ਹਿੱਸਾ ਜੈਨੀ ਬੋਧੀ ਹੋਰ ਜਿਹੜੇ ਨੇ ਸਾਰੇ ਕਿਰਤੀ ਵਰਗ ਜਿਹੜਾ ਉਹ ਸਮੁੱਚਾ ਕਿਰਤੀ ਵਰਗ ਜਿਹੜਾ ਉਹ ਉਹਨਾਂ ਦੀ ਪੂਜਾ ਕਰਦਾ ਅ ਮੰਦਿਰਾਂ ਵਿੱਚ ਯੱਗ ਹੁੰਦੇ ਨੇ ਲੰਗਰ ਲੱਗਦੇ ਨੇ ਗੁਰਦਾਰਿਆਂ ਵਿੱਚ ਅਖੰਡ ਪਾਠ ਰੱਖੇ ਜਾਂਦੇ ਨੇ ਮੈਂ ਆਪ ਹੁਣੇ ਵੇਖਦਾ ਕੱਲ ਨੂੰ ਉਹ ਜਿਹੜੇ ਨੇ ਉਹਨਾਂ ਦੇ ਭੋਗ ਪਹਿਣਗੇ ਤੇ ਦੀਵਾਨ ਸੱਜਣਗੇ ਫਿਰ ਉਹਨਾਂ ਦੇ ਜੀਵਨ ਤੇ ਉਹਨਾਂ ਦੇ ਜੀਣ ਤੇ ਵਿਚਾਰਾ ਹੁੰਦੀਆਂ ਨੇ ਲੰਗਰ ਲੱਗਦੇ ਨੇ ਤੇ ਇੱਕ ਖਾਸ ਗੱਲ ਇਹ ਹੈ ਕਿ ਸਭ ਤੋਂ ਪਹਿਲਾਂ ਉਹ ਜਿਹੜੇ ਸੰਦ ਔਜ਼ਾਰ ਜਿਹੜਾ ਜਿਹੜਾ ਕੋਈ ਕਿਤੇ ਨਾਲ ਕੋਈ ਲੱਕੜੀ ਦਾ ਕੰਮ ਕਰਦਾ ਕੋਈ ਅ ਲੋਹੇ ਦਾ ਕੰਮ ਕਰਦਾ ਕੋਈ ਹੋਰ ਕੰਮ ਕਰਦਾ ਉਹ ਆਪਣੇ ਟੂਲਸ ਆ ਆਪਣੇ ਔਜ਼ਾਰਾਂ ਦਾ ਉਹ ਸਵੇਰੇ ਸਵੇਰੇ ਉਹਨਾਂ ਨੂੰ ਸਾਫ਼ ਕਰਕੇ ਜਿਵੇਂ ਫੌਜ ਹੁੰਦਾ ਨਾ ਫੌਜ ਦੇ ਦਿਨ ਹੁੰਦਾ ਉਹਨੂੰ ਕਹਿੰਦੇ ਸ਼ਸਤਰ ਪੂਜਾ ਉਹ ਦਿਨ ਹਥਿਆਰਾਂ ਨਾਲ ਫੌਜ ਲੜਦੀ ਹੈ ਉਹਨਾਂ ਦੀ ਬਕਾਇਦਾ ਸਫਾਈ ਕਰਕੇ ਆਇਆਂ ਲਿਸ਼ਕਾ ਪੁਸ਼ਕਾ ਕੇ ਆਰਮੀ ਦੇ ਹਰ ਯੂਨਿਟ ਵਿੱਚ ਸ਼ਸਤਰ ਪੂਜਾ ਦਾ ਇੱਕ ਦਿਨ ਰੱਖਿਆ ਉਹ ਪੂਜਾ ਕਰਦੇ ਨੇ ਕਿਉਂਕਿ ਉਹ ਉਹ ਆਰਮੀ ਵਾਲਿਆਂ ਦੀ ਜ਼ਿੰਦਗੀ ਦਾ ਜ਼ਰੀਆ ਹੋਣੇ ਇਸੇ ਤਰ੍ਹਾਂ ਜਿਹਨਾਂ ਸੰਦਾਂ ਜ਼ਾਰਾ ਨਾਲ ਕੰਮ ਕਰਕੇ ਆਪਣੀ ਰੋਜ਼ੀ ਰੋਟੀ ਕਮਾਉਂਦੇ ਨੇ ਉਹਨਾਂ ਨੂੰ ਸਾਫ਼ ਸੁਥਰਾ ਕਰਕੇ ਉਹਨਾਂ ਨੂੰ ਤੂਬਤੀ ਕਰਕੇ ਉਹਦੀ ਉਹ ਪੂਜਾ ਅਰਚਨਾ ਕਰਦੇ ਨੇ ਉਸ ਤੋਂ ਬਾਅਦ ਫਿਰ ਜਿਹੜੇ ਧਾਰਮਿਕ ਸਮਾਗਮ ਹੁੰਦੇ ਆ ਲੰਗਰ ਲੱਗਦੇ ਨੇ ਤੇ ਵਿਸ਼ੂ ਕਰਮਾ ਨੂੰ ਯਾਦ ਕਰਕੇ ਇਹ ਉਹਨਾਂ ਦਾ ਧੰਨਵਾਦ ਵੀ ਕੀਤਾ ਜਾਂਦਾ ਉਹਨਾਂ ਦੇ ਦੇਣ ਵਾਸਤੇ ਤੇ ਇਹ ਅਰਦਾਸ ਕੀਤੀ ਜਾਂਦੀ ਆ ਕਿ ਦੁਨੀਆ ਵਿੱਚ ਹਥੀ ਕਿਰਤ ਕਰਨ ਦੀ ਜਿਹੜੀ ਪ੍ਰਤਾ ਉਹ ਕਾਇਮ ਰਹੇ ਤਾਂ ਕਿ ਮਨੁੱਖ ਹੱਕ ਹਲਾਲ ਦੀ ਜਦੋਂ ਹਥੀ ਕਿਰਤ ਕਰਾਂਗੇ ਨਾ ਉਹਦੇ ਨਾਲ ਹੱਕ ਹਲਾਲ ਦੀ ਕਮਾਈ ਆਪਾਂ ਖਾਵਾਂਗੇ ਜਿਹੜਾ ਬੰਦਾ ਆਪਣੇ ਹੱਥੀਂ ਕਿਰਤ ਨਹੀਂ ਕਰਦਾ ਗੁਰੂ ਗੋਬਿੰਦ ਸਿੰਘ ਜੀ ਨੇ ਇੱਕ ਵਾਰੀ ਪਾਣੀ ਮੰਗਿਆ ਅਨੰਦਪੁਰ ਸਾਹਿਬ ਉਹਨਾਂ ਦਾ ਚੋਜ ਸੀ ਤੇ ਇੱਕ ਬਾਲਕ ਪਾਣੀ ਲੈ ਕੇ ਆਇਆ ਗੁਰੂ ਸਾਹਿਬ ਨੇ ਹੱਥਾਂ ਵੱਲ ਵੇਖ ਕੇ ਪੁੱਛਿਆ ਤੇਰੇ ਹੱਥ ਬੜੇ ਕੋਮਲ ਨੇ ਉਹ ਕਹਿੰਦਾ ਜੀ ਮੈਂ ਕਦੀ ਕੰਮ ਹੀ ਨਹੀਂ ਕੀਤਾ ਮੈਂ ਤਾਂ ਬਹੁਤ ਅਮੀਰ ਜਾਜ਼ੇ ਦਾ ਕਿਸਦਾ ਫਰਜ਼ੰਦਾ ਹਾਂ ਤੇ ਆਪ ਜੀ ਨੂੰ ਗੁਰੂ ਜਾਣ ਕੇ ਮੈਂ ਗੁਰੂ ਸਾਹਿਬ ਨੇ ਕਿਹਾ ਮੈਂ ਤੇਰੇ ਹੱਥੋਂ ਪਾਣੀ ਲੈ ਕੇ ਪੀਣੀ ਲਈ ਤਿਆਰ ਨਹੀਂ ਮੈਨੂੰ ਕੋਈ ਉਹ ਕਿਰਤੀ ਸਿੱਖ ਆ ਕੇ ਜਲ ਛਕਾਵੇ ਜਿਹੜਾ ਹੱਥੀਂ ਕਿਰਤ ਕਰਦਾ ਹੈ ਤੇ ਇੱਕ ਸਿੱਖ ਆਇਆ ਜਿਹਦੇ ਹੱਥਾਂ ਤੇ ਰੱਟਣ ਪਏ ਸੀ ਰੱਟਣ ਦਾ ਮਤਲਬ ਕੰਮ ਕਰਕੇ ਕੋਈ ਵੀ ਕਿਰਤੀ ਕਿਰਤ ਕਰਕੇ ਜਿਹਦੇ ਹੱਥ ਜਿਹੜੇ ਜਿਹੜੇ ਖੁਰਦਰੇ ਜੇ ਹੋਏ ਸੀ ਗੁਰੂ ਸਾਹਿਬ ਨੇ ਪਹਿਲਾਂ ਉਹਦੇ ਹੱਥ ਚੁੰਮੇ ਫਿਰ ਉਹਦੇ ਹੱਥੋਂ ਲੈ ਕੇ ਉਹ ਜਲ ਛੱਕ ਕੇ ਤੇ ਉਹਨੂੰ ਅਸ਼ੀਰਵਾਦ ਦਿੱਤੀ ਅਸੀਸ ਦਿੱਤੀ ਉਹਨੂੰ ਕੜਾਵੇ ਚ ਲਿਆ ਕਿੰਦੇ ਧੰਨ ਸਿਖਾ ਤੂੰ ਗੁਰੂ ਨਾਨਕ ਦੀ ਸਿੱਖੀ ਨੂੰ ਅਸਲ ਵਿੱਚ ਕਮਾਇਆ ਇਹ ਹੈ ਸੰਦੇਸ਼ ਜਿਹੜਾ ਮਹਾਰਿਸ਼ੀ ਜਾਂ ਜੋ ਵੀ ਮਰਜ਼ੀ ਕਹਿ ਲਓ ਮਹਾਪੁਰਖ ਜਾਂ ਭਗਵਾਨ ਕਹਿ ਲਓ ਈਸ਼ਰ ਦੇਵ ਕਹਿ ਲਓ ਪਰਮ ਪੂਜਨੀਕ ਵਿਸ਼ੂਕਰਮਾ ਜੀ ਨੇ ਸਾਰੇ ਸਮਿਆਂ ਲਈ ਜਦੋਂ ਤੱਕ ਵੀ ਦੁਨੀਆ ਹੈ ਏ ਡਿਗਨਿਟੀ ਆਫ ਲੇਬਰ ਦਾ ਸੰਕਲਪ ਜਿਹੜਾ ਉਹ ਕਾਇਮ ਰਹਿਣਾ ਚਾਹੀਦਾ ਅਗਰ ਕਾਇਮ ਰਹੇਗਾ ਤੇ ਜਿਹਦੇ ਵਿੱਚ ਹੱਕ ਹਲਾਲ ਦੀ ਕਮਾਈ ਕਰਕੇ ਆਪਣੇ ਜੀਵਨ ਬਸਰ ਕਰਨ ਦਾ سلسلہ ਚੱਲਦਾ ਰਹੇਗਾ ਤੇ ਜਿੱਥੇ ਹੱਕ ਹਲਾਲ ਦੀ ਕਮਾਈ ਹੋਏਗੀ ਉਥੇ ਕੋਈ ਰਿਸ਼ਵਤਖੋਰੀ ਸ਼ੋਰ ਸਮਾਜਿਕ ਬੁਰਾਈਆਂ ਉਹ ਨਹੀਂ ਫੈਲਣਗੀਆਂ ਇਸ ਕਰਕੇ ਅੱਜ ਸਾਨੂੰ ਸੰਕਲਪ ਕਰਨਾ ਚਾਹੀਦਾ ਸਿਰਫ ਦਿਨ ਮਨਾ ਲੈਣੇ ਕਾਫੀ ਨਹੀਂ ਸਿਰਫ ਲੰਗਰ ਲਾ ਲੈਣੇ ਕਾਫੀ ਨਹੀਂ ਸਾਨੂੰ ਸਹੀ ਅਰਥਾ ਵਿੱਚ ਇੰਦਾ ਰੀਅਲ ਸੈਂਸ ਆਫ ਦਾ ਟਰਮ ਸ਼ਬਦ ਦੀ ਸਹੀ ਪਾਸ਼ਾ ਵਿੱਚ ਸਹੀ ਅਰਥਾਂ ਵਿੱਚ ਭਗਵਾਨ ਵਿਸ਼ੂਕਰਮਾ ਵੱਲੋਂ ਦਿੱਤੇ ਹੋਏ ਸੰਦੇਸ਼ ਤੇ ਜਿੱਥੇ ਉਹਨਾਂ ਦੀ ਦਾਤਾਂ ਲਈ ਧੰਨਵਾਦ ਕਰਨਾ ਚਾਹੀਦਾ ਉੱਥੇ ਉਹਨਾਂ ਵੱਲੋਂ ਵਿਖਾਏ ਗਏ ਮਾਰਗ ਤੇ ਚੱਲਣ ਦਾ ਪ੍ਰਣ ਤੇ ਦਿੜ ਸੰਕਲਪ ਕਰਨਾ ਚਾਹੀਦਾ ਮੈਂ ਸਮਝਦਾ ਤਾਂ ਹੀ ਇਹ ਦਿਨ ਮਲਾ ਸਫਲ ਹੈ ਤੋਂ ਹਰ ਸਾਲ ਦੀਵਾਲੀ ਤੋਂ ਦੂਸਰੇ ਦਿਨ ਭਗਵਾਨ ਵਿਸ਼ੂਕਰਮਾ ਦਾ ਵਿਸ਼ੂ ਕਰਮਾ ਦਿਵਸ ਵਿਸ਼ੂ ਕਰਮਾ ਢੀ ਮਨਾਇਆ ਜਾਂਦਾ ਹੈ ਇਸ ਦਿਹਾੜੇ ਤੇ ਮੈਂ ਆਪ ਸਭਨਾਂ ਨੂੰ ਮੁਬਾਰਕਬਾਦ ਦਿੰਦਾ ਹੋਇਆ ਇਸ ਐਪੀਸੋਡ ਨੂੰ ਇੱਥੇ ਹੀ ਸਮਾਪਤ ਕਰਨ ਦੀ ਇਜਾਜ਼ਤ ਮੰਗਦਾ ਹਾਂ ਬਹੁਤ-ਬਹੁਤ ਸ਼ੁਕਰੀਆ ਐਪੀਸੋਡ ਨੂੰ ਵੇਖਣ ਲਈ